ਇੱਕ ਐਸੀ ਕੰਟਰੀ ਦੇ ਰਿਲੇਟਡ ਜੋ ਕੰਟਰੀ ਤੁਹਾਨੂੰ 3 ਸਾਲ ਦਾ ਵੀਜ਼ਾ ਪ੍ਰੋਵਾਈਡ ਕਰੇਗੀ, 2 ਸਾਲਾਂ ਬਾਅਦ ਤੁਸੀਂ PR ਵੀ ਅਪਲਾਈ ਕਰ ਸਕਦੇ ਹੋ ਉੱਥੇ ਜਾਣ ਤੋਂ ਬਾਅਦ, ਅਤੇ ਉਹਦੀ ਨੋਰਮਲ ਕੋਸਟ ਹੈ ਉਹ ਵੀ ਬਹੁਤ ਨੋਰਮਲ ਹੈ, ਤਕਰੀਬਨ ਬੈਸੀ ਫੀਸ ਤੁਸੀਂ ਪੇ ਕਰਨੀ ਹੈ ਅਤੇ ਉਸ ਕੰਟਰੀ ਦਾ ਤੁਸੀਂ 3 ਸਾਲ ਦਾ ਵੀਜ਼ਾ ਲੈਣਾ। ਅੱਜ ਦੀ ਵੀਡੀਓ ਉਹਨਾਂ ਲੋਕਾਂ ਵਾਸਤੇ ਵੇ ਜੋ ਲੋਕ ਕੋਲ ਪੈਸਾ ਨਹੀਂ ਹੈ, ਉਹ ਫਿਰ ਵੀ ਅਨਦਰ ਕੰਟਰੀ ਵਿੱਚ ਮੂਵ ਹੋਣਾ ਚਾਹੁੰਦੇ ਨੇ, ਉਹਨਾਂ ਕੋਲ ਬੈਂਕ ਸਟੇਟਮੈਂਟ ਨਹੀਂ ਹੈ, ਬਿਜ਼ਨਸ ਦੇ ਪ੍ਰੂਫ ਨਹੀਂ ਨੇ, ਇਨਕਮ ਦੇ ਪ੍ਰੂਫ ਨਹੀਂ ਨੇ। ਉਮੀਦ ਕਰਨਾ ਅੱਜ ਦੀ ਵੀਡੀਓ ਤੁਹਾਨੂੰ ਜ਼ਰੂਰ ਵਧੀਆ ਲੱਗੇਗੀ। ਜੇ ਅੱਜ ਦੀ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਚੈਨਲ ਨੂੰ ਲਾਈਕ, ਸ਼ੇਅਰ ਔਰ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦਿਓ। ਅਤੇ ਚਲੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਸ ਕੰਟਰੀ ਦਾ ਨਾਮ ਹੈ ਰਸ਼ੀਆ, ਜੋ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਉਹ ਨਿਊ ਰੂਲ ਲੈ ਕੇ ਆਏ ਨੇ ਵੀ ਉਹਨਾਂ ਦੀ ਕੰਟਰੀ ਵਿੱਚ ਹੁਣ ਹਰ ਇੱਕ ਪਰਸਨ ਆ ਕੇ ਉੱਥੇ ਜੋਬ ਕਰ ਸਕਦਾ ਹੈ ਅਤੇ 2 ਸਾਲਾਂ ਬਾਅਦ ਉੱਥੇ PR ਵੀ ਅਪਲਾਈ ਕਰ ਸਕਦਾ ਹੈ। ਜੇ ਤੁਸੀਂ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਵੇਖ ਸਕਦੇ ਹੋ, ਉੱਥੇ ਤੁਹਾਨੂੰ ਰਸ਼ੀਅਨ ਲੈਂਗੁਏਜ ਵਿੱਚ ਫੁੱਲ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਮਿਲੇਗੀ। ਤੁਸੀਂ ਪਹਿਲਾਂ ਵਧੀਆ ਤਰੀਕੇ ਨਾਲ ਪੜ੍ਹੋ, ਫਿਰ ਤੁਸੀਂ ਡਿਸਾਈਡ ਕਰੋ ਕਿ ਤੁਹਾਨੂੰ ਉੱਥੇ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ। ਬਟ ਕੁਛ ਮੈਂ ਤੁਹਾਨੂੰ ਇਨਫੋਰਮੇਸ਼ਨ ਅੱਜ ਦੀ ਵੀਡੀਓ ਵਿੱਚ ਪ੍ਰੋਵਾਈਡ ਕਰਵਾ ਸਕਦਾ ਜਿਹਦੇ ਵਿੱਚ ਜਿਹੜਾ ਪਰਸਨ ਆਪਣੀ ਹੋਮ ਕੰਟਰੀ ਵਿੱਚੋਂ ਕੋਈ ਵੀ ਉਹਨੂੰ ਪ੍ਰੋਬਲਮ ਹੈ, ਕੋਈ ਵੀ ਉਹਨੂੰ ਇਸ਼ੂ ਹੈ, ਕੋਈ ਵੀ ਕਿਸੇ ਤੋਂ ਉਹਨੂੰ ਅਥਾਰਟ ਹੈ, ਖਤਰਾ ਹੈ, ਹੁਣ ਰਸ਼ੀਆ ਉਹਨਾਂ ਪਰਸਨ ਨੂੰ ਆਪਣੀ ਕੰਟਰੀ ਵਿੱਚ ਵੀਜ਼ਾ ਪ੍ਰੋਵਾਈਡ ਕਰੇਗਾ। ਪਹਿਲਾਂ ਆਪਾਂ ਗੱਲ ਕਰੀਏ USA, ਕੈਨੇਡਾ, ਸ਼ੰਗਨ, UK ਇਹਨਾਂ ਕੰਟਰੀਆਂ ਵਿੱਚ ਜਾ ਕੇ ਲੋਕ ਰਿਫਿਊਜ਼ੀ ਲੈਂਦੇ ਸਨ। ਇਹ ਵੀ ਸਿਸਟਮ ਇੱਕ ਰਿਫਿਊਜ਼ੀ ਦੇ ਬੇਸ 'ਤੇ ਹੈ। ਜੇ ਤੁਹਾਨੂੰ ਤੁਹਾਡੀ ਹੋਮ ਕੰਟਰੀ ਵਿੱਚ ਕੋਈ ਵੀ ਪ੍ਰੋਬਲਮ ਹੈ, ਕੋਈ ਵੀ ਇਸ਼ੂ ਹੈ, ਤਾਂ ਤੁਸੀਂ ਹੁਣ ਰਸ਼ੀਆ ਦਾ ਵੀਜ਼ਾ ਅਪਲਾਈ ਕਰੋ, ਉੱਥੇ ਜਾ ਕੇ ਜੋਬ ਕਰੋ ਅਤੇ ਫਿਰ ਤੁਸੀਂ PR ਅਪਲਾਈ ਕਰੋ। ਬਟ ਇਹਦੇ ਵਿੱਚ ਕੀ ਡਿਫਰੈਂਟ ਹੈ, ਤੁਸੀਂ ਰਸ਼ੀਆ ਵਿੱਚ ਜਾ ਕੇ ਆਪਣੀ ਹੋਮ ਕੰਟਰੀ ਵਿੱਚ ਤੁਸੀਂ ਟਰੈਵਲ ਵੀ ਕਰ ਸਕਦੇ ਹੋ। ਜੇ ਆਪਾਂ USA ਵਿੱਚ ਜਾ ਕੇ, ਕੈਨੇਡਾ ਵਿੱਚ ਜਾ ਕੇ ਰਿਫਿਊਜ਼ੀ ਲੈਂਦੇ ਹਾਂ, ਆਪਾਂ ਆਪਣੀ ਹੋਮ ਕੰਟਰੀ ਵਿੱਚ ਟਰੈਵਲ ਨਹੀਂ ਕਰ ਸਕਦੇ। ਬਟ ਰਸ਼ੀਆ ਵਿੱਚ ਜਾ ਕੇ ਤੁਸੀਂ ਆਪਣਾ ਟਰੈਵਲ ਜ਼ਰੂਰ ਕਰ ਸਕਦੇ ਹੋ ਆਪਣੀ ਹੋਮ ਕੰਟਰੀ ਵਿੱਚ। ਇਹ ਜੋ ਰਸ਼ੀਆ ਤੁਹਾਨੂੰ 3 ਸਾਲ ਦਾ ਵੀਜ਼ਾ ਪ੍ਰੋਵਾਈਡ ਕਰੇਗਾ, ਫਸਟ ਟਾਈਮ ਤੁਸੀਂ ਆਪਣੀ ਹੋਮ ਕੰਟਰੀ ਤੋਂ ਅਪਲਾਈ ਕਰਨਾ ਹੈ, ਅਤੇ 2 ਸਾਲਾਂ ਬਾਅਦ ਜਾ ਕੇ ਤੁਸੀਂ ਉੱਥੇ ਜੋਬ ਕਰਕੇ ਇਹ ਡਿਸਾਈਡ ਕਰਨਾ ਵੀ ਤੁਸੀਂ ਉੱਥੋਂ ਦੀ PR ਅਪਲਾਈ ਕਰਨੀ ਹੈ ਜਾਂ ਨਹੀਂ ਕਰਨੀ। ਜੇ ਤਾਂ PR ਅਪਲਾਈ ਕਰੋਗੇ ਤਾਂ ਤੁਹਾਡਾ ਵੀਜ਼ਾ ਉੱਥੇ ਐਕਸਟੈਂਡ ਹੋ ਜਾਏਗਾ, ਤੁਹਾਨੂੰ PR ਮਿਲ ਜਾਏਗੀ। ਜੇ ਤੁਸੀਂ PR ਅਪਲਾਈ ਨਹੀਂ ਕਰਦੇ ਤਾਂ 3 ਸਾਲ ਦਾ ਵੀਜ਼ਾ ਐਕਸਪਾਇਰ ਹੋਣ ਤੋਂ ਪਹਿਲਾਂ ਤੁਹਾਨੂੰ ਰਿਟਰਨ ਵਾਪਸ ਆਉਣਾ ਪਏਗਾ। ਜੇ ਆਪਾਂ ਨੋਰਮਲ ਜੇ ਡਾਕੂਮੈਂਟ ਦੀ ਗੱਲ ਕਰੀਏ, ਓਨਲੀ 4 ਡਾਕੂਮੈਂਟ ਤੁਹਾਨੂੰ ਚਾਹੀਦੇ ਨੇ ਇਸ ਕੈਟੇਗਰੀ ਦੇ ਵੀਜ਼ਾ ਅਪਲਾਈ ਵਾਸਤੇ। ਨੰਬਰ 1 ਤੁਹਾਡਾ ਪਾਸਪੋਰਟ, 6 ਮੰਥ ਵੈਲਿਡ ਹੋਣਾ ਬਹੁਤ ਜ਼ਰੂਰੀ ਹੈ। ਨੰਬਰ 2 ਤੁਹਾਡੀ ਇੱਕ ਫੋਟੋ। ਨੰਬਰ 3 ਪੁਲਿਸ ਕਲੀਅਰ ਸਰਟੀਫਿਕੇਟ, ਆਹ ਉਹ ਮੇਨ ਡਾਕੂਮੈਂਟ ਹੈ ਜੋ ਤੁਹਾਡੀ ਫਾਈਲ ਦੇ ਵਿੱਚ 100% ਚਾਹੀਦਾ। ਵਿਦਆਊਟ ਪੁਲਿਸ ਕਲੀਅਰ ਸਰਟੀਫਿਕੇਟ ਤੁਸੀਂ ਆਹ ਵੀਜ਼ਾ ਅਪਲਾਈ ਨਹੀਂ ਕਰ ਸਕਦੇ। ਇਸ ਵੀਜ਼ਾ ਵਾਸਤੇ ਤੁਹਾਨੂੰ ਪੁਲਿਸ ਕਲੀਅਰ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ। ਨੰਬਰ 4 'ਤੇ ਆਪਾਂ ਗੱਲ ਕਰੀਏ ਇੱਕ ਲੈਟਰ, ਉਸ ਲੈਟਰ ਵਿੱਚ ਤੁਸੀਂ ਮੈਂਸ਼ਨ ਕਰਨਾ ਤੁਹਾਡੀ ਕੰਟਰੀ ਵਿੱਚ ਤੁਹਾਨੂੰ ਕੀ ਇਸ਼ੂਸ ਨੇ, ਕੀ ਪ੍ਰੋਬਲਮਸ ਨੇ ਜਿਸ ਕਰਕੇ ਤੁਸੀਂ ਰਸ਼ੀਆ ਮੂਵ ਹੋਣਾ ਚਾਹੁੰਦੇ ਹੋ। ਜੇ ਤੁਹਾਡੇ ਕੋਲ ਆਹ 4 ਡਾਕੂਮੈਂਟ ਨੇ ਤਾਂ ਤੁਸੀਂ ਰਸ਼ੀਆ ਦੇ 3 ਸਾਲ ਦਾ ਵੀਜ਼ਾ ਲੈ ਸਕਦੇ ਹੋ, ਤਾਂ 2 ਸਾਲ ਤੋਂ ਬਾਅਦ ਉੱਥੋਂ ਦੀ PR ਵੀ ਲੈ ਸਕਦੇ ਹੋ। ਜੇ ਆਪਾਂ ਕੋਸਟ ਦੀ ਗੱਲ ਕਰੀਏ, ਓਨਲੀ ਤੁਸੀਂ ਐਮਬੈਸੀ ਫੀਸ ਪੇ ਕਰਨੀ ਹੈ ਇਹਦੀ, ਜੋ ਵੀ ਇਹਦੀ ਐਮਬੈਸੀ ਫੀਸ ਹੋਏਗੀ ਉਹ ਪੇ ਕਰਕੇ ਤੁਸੀਂ ਵੀਜ਼ਾ ਅਪਲਾਈ ਕਰੋ। ਇਹਦਾ ਪ੍ਰੋਸੈਸਿੰਗ ਟਾਈਮ 1 ਮੰਥ ਹੈ, 1 ਮੰਥ ਦੇ ਵਿੱਚ ਤੁਹਾਡਾ ਡਿਸਾਈਡ ਹੋ ਜਾਏਗਾ ਵੀ ਤੁਹਾਨੂੰ ਰਸ਼ੀਆ ਵੀਜ਼ਾ ਪ੍ਰੋਵਾਈਡ ਕਰਦੀ ਹੈ ਜਾਂ ਨਹੀਂ ਕਰਦੀ 3 ਸਾਲ ਦਾ। ਅੱਜ ਦੀ ਵੀਡੀਓ ਉਹਨਾਂ ਲੋਕਾਂ ਵਾਸਤੇ ਸੀ, ਇੱਕ ਇਨਫੋਰਮੇਟਿਵ ਵੀਡੀਓ ਸੀ, ਜੋ ਲੋਕ ਇੰਡੀਆ ਵਿੱਚ ਬੇਰੁਜ਼ਗਾਰ ਨੇ ਉਹ ਮੂਵ ਹੋਣਾ ਚਾਹੁੰਦੇ ਨੇ ਅਤੇ ਉਹਨਾਂ ਕੋਲ ਪੈਸੇ ਵੀ ਨਹੀਂ ਨੇ, ਕਿਉਂਕਿ 9 ਤੋਂ 10 ਹਜ਼ਾਰ ਰੁਪਇਆ ਹਰ ਇੱਕ ਪਰਸਨ ਪ੍ਰੋਵਾਈਡ ਕਰਵਾ ਸਕਦਾ, ਆਪਣਾ ਵੀ ਐਡਜਸਟ ਕਰ ਸਕਦਾ ਅਤੇ ਆਪਣੇ ਜੋ ਫਾਈਲ ਸਬਮਿਟ ਕਰਕੇ ਰਸ਼ੀਆ ਵਰਗੀ ਕੰਟਰੀ ਵਿੱਚ ਜਾ ਕੇ ਆਪਣਾ ਜੋਬ ਕਰ ਸਕਦਾ। ਕਿਉਂਕਿ ਇਹਦੇ ਵਿੱਚ ਨਾ ਤਾਂ ਤੁਹਾਨੂੰ ਕਿਸੇ ਕੰਸਲਟੈਂਟ ਸੀ, ਨਾ ਫਿਰ ਤੁਹਾਨੂੰ ਕਿਸੇ ਏਜੰਟ ਦੀ ਲੋੜ ਹੈ। ਓਨਲੀ ਪਹਿਲਾਂ ਵੀ ਤੁਹਾਨੂੰ ਕਿਹਾ ਵੀ 4 ਡਾਕੂਮੈਂਟ, ਪਾਸਪੋਰਟ ਫੋਟੋ, ਪੁਲਿਸ ਕਲੀਅਰ ਸਰਟੀਫਿਕੇਟ ਅਤੇ ਤੁਹਾਡੇ ਕੋਲ 1 ਲੈਟਰ, ਆਹ 4 ਡਾਕੂਮੈਂਟ ਦੇ ਬੇਸ 'ਤੇ ਤੁਹਾਡਾ ਵੀਜ਼ਾ ਅਪਲਾਈ ਹੋਣਾ। ਜੇ ਤੁਸੀਂ ਇਹਦੇ ਰਿਲੇਟਡ ਪ੍ਰੋਪਰਲੀ ਇਨਫੋਰਮੇਸ਼ਨ ਜਾਣਨਾ ਚਾਹੁੰਦੇ ਹੋ ਤਾਂ ਰਸ਼ੀਆ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਆਪਣਾ ਦੇਖ ਸਕਦੇ ਹੋ, ਵਧੀਆ ਤਰੀਕੇ ਨਾਲ ਤੁਸੀਂ ਪੜ੍ਹ ਸਕਦੇ ਹੋ ਵੀ ਉਹਦੇ ਵਿੱਚ ਕੀ ਕੀ ਇਨਫੋਰਮੇਸ਼ਨ ਉਹਨਾਂ ਨੇ
ਪ੍ਰੋਵਾਈਡ ਕੀਤੀ ਹੈ, ਕੀ ਕੀ ਰਿਕੁਆਇਰਮੈਂਟ ਹੈ। ਜੇ ਤੁਸੀਂ ਡੀਪਲੀ ਜਾਣਾ ਚਾਹੁੰਦੇ ਹੋ ਤਾਂ ਉੱਥੇ ਜਾ ਕੇ ਤੁਸੀਂ ਜ਼ਰੂਰ ਦੇਖਿਓ, ਬਟ ਤੁਹਾਨੂੰ ਮੈਂ ਮੇਨ ਮੇਨ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਹੈ ਵੀ ਜਿਹਦੇ ਨਾਲ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਕਿੱਦਾਂ ਰਸ਼ੀਆ ਵਰਗੀ ਕੰਟਰੀ ਦਾ 3 ਸਾਲ ਦਾ ਵੀਜ਼ਾ ਲੈ ਕੇ ਉੱਥੇ ਸੈਟਲ ਹੋ ਸਕਦੇ ਹੋ। ਅਤੇ ਉਮੀਦ ਕਰਨਾ ਅੱਜ ਦੀ ਵੀਡੀਓ ਤੁਹਾਨੂੰ ਜ਼ਰੂਰ ਵਧੀਆ ਲੱਗੀ ਹੋਵੇਗੀ। ਇੱਕ ਛੋਟੀ ਜਿਹੀ ਇਨਫੋਰਮੇਟਿਵ ਵੀਡੀਓ ਸੀ। ਜੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਇੱਦਾਂ ਦੀ ਅਨਦਰ ਇਨਫੋਰਮੇਟਿਵ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਉ, ਅਤੇ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ।